ਵੱਖ-ਵੱਖ ਮੁੱਦਿਆਂ 'ਤੇ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਕਿਸਾਨੀ ਅੰਦੋਲਨ ਤੋਂ ਲੈ ਕੇ ਮੁਆਵਜ਼ੇ ਸਣੇ ਕਈ ਮੁੱਦਿਆਂ 'ਤੇ ਉਹਨਾਂ ਮਾਨ ਸਰਕਾਰ ਨੂੰ ਫੇਲ ਦੱਸਿਆ। ਇਲਜ਼ਾਮ ਲਾਇਆ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਇਹ ਨਾਰੇ ਤੋਂ ਸਿਵਾ ਕੋਈ ਕੰਮ ਵੀ ਕਰਦੇ ਖਾਏ ਭਗਵੰਤ ਮਾਨ? ਕੱਲੇ ਨਾਰੇ ਦੇਣ ਦਾ, ਨਾਰੇ ਤੇ ਗੱਲਾਂ ਦੇ ਚੁਟਕਲੇ ਸੁਣ ਸੁਣ ਕੇ ਤਾਂ ਪੰਜਾਬ ਦੇ ਕੰਨ ਪੱਕ ਗਏ। ਕੁਛ ਜ਼ਮੀਨੀ ਪੱਧਰ ਤੇ ਕੋਈ ਕੰਮ ਵੀ ਕਰੇ, ਕਹਿੰਦਾ 13 ਦੀ 13 ਸੀਟਾਂ, ਵੀ 13 ਸੀਟਾਂ ਲੋਕੀ ਇਹਨੂੰ ਦੇਣ ਕਾਹਦੇ ਵਾਸਤੇ? ਅੱਜ ਮੈਂ ਇਹ ਸੁਣ ਰਹੀ ਸੀ ਬਿਆਨ ਕੇਜਰੀਵਾਲ ਤੇ ਭਗਵੰਤ ਮਾਨ ਦਾ, ਜਿਹੜਾ ਕਹਿੰਦਾ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਆਪਣੇ ਕਿਸਾਨ ਪੱਖੀ ਫੈਸਲਿਆਂ ਕਰਕੇ। ਆਹ ਕਿਸਾਨ ਸਾਰੇ ਇੱਥੇ ਜਿੰਨੇ ਖੜੇ ਨੇ ਸਾਰੇ ਕਿਸਾਨ ਨੇ, ਇਹ ਜਰਾ ਦੱਸ ਤਾਂ ਦੇਣ ਕਿ ਕਿਸਾਨ ਪੱਖੀ ਇਹਨਾਂ ਦਾ ਕਿਹੜਾ ਫੈਸਲਾ ਰਿਹਾ 2 ਸਾਲਾਂ 'ਚ, ਕਿ ਕੋਈ ਮੋਟਰ ਦਾ ਕਨੈਕਸ਼ਨ ਦਿੱਤਾ ਹੈ, ਕੋਈ ਮਰੀ ਹੋਈ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਹੈ, ਫਸਲਾਂ ਕਣਕਾਂ ਨੂੰ, ਨਰਮਿਆਂ ਨੂੰ ਤੇ ਝੋਨੇ ਨੂੰ ਤਾਂ ਛੱਡੋ, ਕੀ ਕਿਸਾਨ ਪੱਖੀ ਇਹਨਾਂ ਨੇ ਕੀਤਾ ਕੀ ਹੈ? ਬਜਟ ਜਿਹੜਾ ਹੈਗਾ ਉਹਦੇ 'ਚ 100 ਕਰੋੜ ਮੁਆਵਜ਼ੇ ਦੇ ਰੱਖੇ ਬਾਦਲ ਸਾਹਿਬ ਨੇ, ਤੇ ਇੱਕ ਨਰਮੇ ਦੇ ਫਸਲ ਵਾਸਤੇ ਉਹਨਾਂ ਨੇ 800 ਕਰੋੜ ਜਾਰੀ ਕਰ ਦਿੱਤੇ ਸੀਗੇ। ਕਿਸਾਨ ਪੱਖੀ ਫੈਸਲਾ ਕਰਕੇ ਕਿਸਾਨ ਇਹ ਬਾਰਡਰਾਂ 'ਚ ਰੁਲ ਰਿਹਾ। ਹਰਿਆਣੇ ਦੇ ਪੁਲਿਸ ਆ ਕੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਤੁਰ ਜਾਂਦੀ ਹੈ, ਅੱਜ ਤਾਂ ਮੂੰਹ 'ਤੇ ਤਾਲੇ ਲਾਈ ਬੈਠੇ, ਕਿਸੇ ਖਿਲਾਫ਼ ਕੋਈ ਐਕਸ਼ਨ ਨਹੀਂ। 250 ਸਾਡੇ ਕਿਸਾਨ ਘਾਇਲ ਹੋ ਗਏ, ਕਿਸੇ ਦੀ ਅੱਖ ਗਈ, ਕਿਸੇ ਦਾ ਕੁਛ ਗਿਆ, ਕੋਈ ਪੁੱਛਣ ਵਾਲਾ ਨਹੀਂ, ਇਹ ਕਿਸਾਨ ਪੱਖੀ ਹੈ? ਫਿਰ ਦੂਜੀ ਗੱਲ ਕਹਿੰਦਾ ਭ੍ਰਿਸ਼ਟਾਚਾਰ ਅਸੀਂ ਖਤਮ ਕਰਤਾ ਹੈ। ਵਾਹ ਬਈ ਵਾਹ, ਇੱਥੇ ਭ੍ਰਿਸ਼ਟਾਚਾਰ ਤੇ ਨਾਲ ਮਾਨਸੇ 'ਚ ਤਾਂ ਵਿਜੇ ਸਿੰਗਲਾ ਦੇ ਉਹਨੂੰ ਤਾਂ ਜੇਲ੍ਹ ਵੀ ਕਰਤੀ, ਅੱਜ ਤਾਈਂ ਤਾਂ ਪਤਾ ਨਹੀਂ ਲੱਗਿਆ ਕਿਹੜਾ ਭ੍ਰਿਸ਼ਟਾਚਾਰ ਕੀਤਾ ਸੀ, ਤਾਂ ਤੁਹਾਡੇ ਵਿੱਚ ਤੁਰਾ ਫਿਰਦਾ ਹੈਗਾ। ਮੇਰੇ ਹੀ ਹਲਕੇ ਦਾ ਅੰਮ੍ਰਿਤ ਰਤਨ ਜੇਲ੍ਹ ਕੱਟ ਕੇ ਅਜੇ ਵੀ ਤੁਹਾਡੇ ਵਿੱਚ ਹੈਗਾ। ਆਹ ਸਰਾਰੀ ਸਾਹਿਬ ਜਿਹਦੀ ਆਡੀਓ ਸੀਗੀ ਉਹਦੇ ਖਿਲਾਫ਼ ਅੱਜ ਤਾਈਂ ਕੋਈ ਐਕਸ਼ਨ ਨਹੀਂ। ਕਟਾਰੂ ਚੈੱਕ ਹੋ ਜਾਏ, ਧਾਲੀਵਾਲ ਕਿਹਦੇ ਖਿਲਾਫ਼ ਐਕਸ਼ਨ ਦਿੱਤਾ ਹੈਗਾ? ਪੰਜਾਬ ਨੂੰ ਲੁੱਟ ਕੇ ਅੱਜ ਸ਼ਰਾਬ ਦਾ ਅੱਡ ਘੁਟਾਲਾ 500 ਕਰੋੜ ਦਾ, ਦਿੱਲੀ ਦਾ ਘੁਟਾਲਾ ਸੇਮ ਬੰਦੇ ਇੱਥੇ ਕਰ ਰਹੇ ਨੇ, ਉਹੀ ਘੁਟਾਲਾ। ਅੱਜ ਇਲੀਗਲ ਮਾਈਨਿੰਗ ਜਿਹੜੀ ਹੋ ਰਹੀ ਹੈਗੀ, ਉਹ ਸ਼ਰੇਆਮ ਰੋਜ਼ ਇਹਨਾਂ ਦੇ ਲੀਡਰਾਂ ਦੇ ਖਿਲਾਫ਼ ਪੁਲਿਸ ਨੂੰ ਚੱਕੇ ਬਾਹਰ ਬਦਲੀ ਕਰ ਰਹੇ ਨੇ, ਲੇਕਿਨ ਆਪਣਿਆਂ ਦੇ ਖਿਲਾਫ਼ ਕੋਈ ਐਕਸ਼ਨ ਨਹੀਂ। ਕਿਹੜਾ ਭ੍ਰਿਸ਼ਟਾਚਾਰ ਨਹੀਂ ਚੱਲ ਰਿਹਾ? ਕਿੱਥੇ ਪੈਸੇ ਖਤਮ ਹੋਏ ਨੇ? ਜਿਹੜੇ ਕਹਿੰਦੇ ਸੀ ਨਸ਼ੇ ਖਤਮ ਕਰ ਦਾਂਗੇ, ਉਹ ਨਸ਼ਾ ਸਿਖਰਾਂ 'ਚ ਪਹੁੰਚੇ ਹੋਏ ਨੇ। ਕਿਹੜਾ ਨਸ਼ਾ ਖਤਮ ਹੋਇਆ ਹੈਗਾ?